ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਜੀ ਸਾਰੀ ਚੜ੍ਹਦੀ ਕਲਾ ਵਿੱਚ ਹੋਵੋਗੇ। ਉਮੀਦ ਕਰਦੇ ਹਾਂ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਹਾਰਾਜ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਗੁਰਮੁਖ ਪਿਆਰਿਓ, ਆਪਾਂ ਇੱਕ ਜ਼ਰੂਰੀ ਵਿਚਾਰ ਆਪ ਜੀ ਨਾਲ ਸਾਂਝਾ ਕਰਨਾ ਹੈ। ਆਪਾਂ ਸਾਰੇ ਪੰਕਤੀ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਵਾਹਿਗੁਰੂ ਜੀ, ਆਪਾਂ ਆਓ ਵਿਚਾਰ ਕਰੀਏ, ਗੁਰੂ ਸਾਹਿਬ ਜੀ ਤੋਂ ਹੁਕਮ ਜੋ ਅੱਜ ਆਇਆ ਹੈ ਉਸ 'ਤੇ ਆਪਾਂ ਵਿਚਾਰ ਕਰਨਾ ਹੈ ਵਾਹਿਗੁਰੂ ਜੀ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਵਾਹਿਗੁਰੂ ਜੀ, ਹਰੀ ਦੇ ਗੁਣ ਸਿੱਖਣ ਲਈ ਸੱਤ ਸੰਗਤ ਇੱਕ ਸਕੂਲ ਹੈ। ਮਹਾਰਾਜ ਕਹਿੰਦੇ, ਸੱਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਸੱਤ ਸੰਗਤ ਵਿੱਚ ਹਰੀ ਦੇ ਗੁਣ ਸਿੱਖੇ ਜਾਂਦੇ ਹਨ। ਉੱਥੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਪਰਮਾਤਮਾ ਦੇ ਗੁਣ ਦੱਸੇ ਜਾਂਦੇ ਹਨ ਅਤੇ ਦੱਸਿਆ ਜਾਂਦਾ ਹੈ ਕਿ ਤੁਸੀਂ ਉਸ ਦੇ ਬੱਚੇ ਹੋ, ਉਸ ਦੇ ਹੁਕਮ ਵਿੱਚ ਆਵੋ। ਜੀਵਾਂ 'ਤੇ ਮਾਲਕ ਨੇ ਮਿਹਰ ਕੀਤੀ, ਪਰਵਾਨਾ ਦੇ ਕੇ ਭੇਜਿਆ, ਪਰ ਉਹ ਪਰਵਾਨਾ ਘਰ ਭੁੱਲ ਆਏ। ਜਦੋਂ ਉਹਨਾਂ ਦਾ ਸੰਯੋਗ ਅਜਿਹੇ ਗੁਰਮੁੱਖਾਂ ਨਾਲ ਹੋ ਜਾਂਦਾ ਹੈ ਜੋ ਬ੍ਰਹਮ ਦਾ ਗਿਆਨ ਰੱਖਦੇ ਹਨ, ਤਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡਾ ਪੁਰਾਣਾ ਸੰਯੋਗੀ ਆ ਗਿਆ ਹੈ। ਇਸ ਨੂੰ ਅਕਲ ਅਤੇ ਜੋਤ ਦਿੱਤੀ ਹੈ। ਅਕਲ ਅਤੇ ਜੋਤ ਦਾ ਇਸਤੇਮਾਲ ਕਰਨ ਲਈ ਇਸ ਨੂੰ ਕਲਾ ਜੁਗਤੀ ਅਤੇ ਵਿਧੀ ਵੀ ਦੱਸੀ ਸੀ, ਪਰ ਇਹ ਇੱਥੇ ਆ ਕੇ ਭੁੱਲ ਗਿਆ ਹੈ। ਇਹ ਕੁਦਰਤ ਦਾ ਅਸੂਲ ਹੈ ਕਿ ਲੋਕ ਵਿੱਚ ਭੇਜਣ ਲੱਗਿਆਂ ਨਾਮ ਨਾਲੋਂ ਤੋੜ ਕੇ ਭੁਆਲੀ ਦੇ ਕੇ ਛੱਡਦੇ ਹਨ, ਤਾਂ ਮਨ ਤ੍ਰਲੋਕੀ ਵਿੱਚ ਆ ਕੇ ਆਪਾ ਭੁੱਲ ਜਾਂਦਾ ਹੈ। ਮਹਾਰਾਜ ਦੱਸਦੇ ਹਨ, ਦੀਪ ਭਵਾਰੀ ਪੁਰਖ ਬਿਦਾਤੈ ਬਹੁਰ ਬਹੁਰ ਜਨਮਾਤੇ। ਇਸ ਤਰ੍ਹਾਂ ਨਾਭੀ ਦਾ ਰਸਤਾ ਬੰਦ ਹੋ ਜਾਂਦਾ ਹੈ ਅਤੇ ਮੁੱਖ ਰਾਹੀਂ ਪੌਣ ਜਿਹੜੀ ਹੈ ਉਹ ਚੱਲਣ ਲੱਗ ਪੈਂਦੀ ਹੈ। ਵਾਹਿਗੁਰੂ ਜੀ, ਮਨ ਪੌਣ ਵਿੱਚ ਪ੍ਰਵੇਸ਼ ਹੋ ਕੇ ਤ੍ਰਲੋਕੀ ਤ੍ਰੈਗੁਣ ਮਾਇਆ, ਜਿਹੜਾ ਮਾਇਆ ਦਾ ਗਰਭ, ਇਸ ਤ੍ਰਲੋਕੀ ਨੂੰ ਹੀ ਕੂੜ ਦੀ ਭਾਲ ਅਤੇ ਮਾਇਆ ਦਾ ਜਾਲ ਕਿਹਾ ਹੈ, ਵਿੱਚ ਆ ਜਾਂਦਾ ਹੈ ਅਤੇ ਮਨ ਨੂੰ ਇਸ ਤੋਂ ਬਾਹਰ ਨਹੀਂ ਦਿਸਦਾ। ਫਿਰ ਉਸ ਅਕਲ ਅਤੇ ਜੋਤ ਦਾ ਇਸਤੇਮਾਲ ਕਿਵੇਂ ਕੀਤਾ ਜਾਵੇ? ਇਹ ਮਾਤਾ ਪਿਤਾ ਦੇ ਮੁਨਸਰ ਹੁੰਦਾ ਹੈ, ਕਿਉਂਕਿ ਸੰਸਾਰ ਵਿੱਚ ਪ੍ਰਵੇਸ਼ ਹੋਣ ਤੋਂ ਸਭ ਤੋਂ ਪਹਿਲਾਂ ਗੁਰੂ ਸਾਡੀ ਮਾਤਾ, ਦੂਜਾ ਗੁਰੂ ਤ੍ਰੈਗੁਣਾ ਅਨੁਸਾਰ ਵਿੱਦਿਆ ਦੇਣ ਵਾਲਾ ਸਕੂਲ ਅਧਿਆਪਕ ਅਤੇ ਤੀਜਾ ਗੁਰੂ ਅਧਿਆਪਕ ਗੁਰੂ ਹੈ। ਉਸ ਤੋਂ ਬਾਅਦ ਅਸੀਂ ਜੋ ਵੀ ਕੋਈ ਕਰਮ ਅਪਣਾਉਣਾ ਹੈ ਉਸ ਲਈ ਗੁਰ ਸਿੱਖਣਾ ਪੈਂਦਾ ਹੈ, ਜੁਗਤੀ ਸਿੱਖਣੀ ਪੈਂਦੀ ਹੈ, ਅਤੇ ਉਹ ਅਸੀਂ ਆਪਣੇ ਪਿਤਾ ਤੋਂ ਸਿੱਖਦੇ ਹਾਂ। ਫਿਰ ਇਸ ਤਰ੍ਹਾਂ ਕਰਮ ਨਾਲ ਜੁੜ ਕੇ ਅਸੀਂ ਸੱਚ ਤੋਂ ਦੂਰ ਚਲੇ ਜਾਂਦੇ ਹਾਂ ਅਤੇ ਦੁਖੀ ਹੋ ਜਾਂਦੇ ਹਾਂ। ਸੱਤ ਸੰਗਤ ਵਿੱਚੋਂ ਸੋਝੀ ਆਉਂਦੀ ਹੈ ਕਿ ਅਸੀਂ ਕਿਵੇਂ ਆਪਣੇ ਘਰ ਜਾ ਕੇ ਸੁਖੀ ਹੋ ਸਕਦੇ ਹਾਂ। ਉੱਥੇ ਸਾਡਾ ਗੁਰੂ, ਪੰਜ ਪਿਆਰੇ ਅਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੁੰਦੀ ਹੈ। ਜੇ ਨਵ ਜਨਮੇ ਬੱਚੇ ਦਾ ਮਾਤਾ ਪਿਤਾ ਗੁਰਮਤ ਦਾ ਧਾਰਨੀ ਹੈ, ਬ੍ਰਹਮ ਦਾ ਗਿਆਨ ਜਾਣਦੇ ਹਨ, ਉਹਨਾਂ ਆਪਣੀ ਜੀਵਨ ਦੀ ਰੂਪ ਰੇਖਾ ਗੁਰਮਤ ਦੇ ਅਨੁਸਾਰ ਢਾਲੀ ਹੋਈ ਹੈ ਅਤੇ ਉਹ ਜੀਵਨ ਮੁਕਤ ਹੋ ਕੇ ਵਿਚਰਦੇ ਹਨ, ਤਾਂ ਅਜਿਹੇ ਜੀਵ ਬੱਚੇ ਨੂੰ ਬਚਪਨ ਤੋਂ ਹੀ ਇਸ ਪਾਸੇ ਤੋਰ ਲੈਂਦੇ ਹਨ। ਜਦੋਂ ਮਾਤਾ ਚੁੱਕਦੀ ਹੈ ਤਾਂ ਉਹ ਪਰਮਾਤਮਾ ਦਾ ਨਾਮ ਜਪਦੀ ਹੋਈ ਲੋਰੀ ਦਿੰਦੀ ਹੈ, ਜੇ ਪਿਤਾ ਚੁੱਕਦਾ ਹੈ ਉਹ ਵੀ। ਇਸ ਤਰ੍ਹਾਂ ਉਹ ਬੱਚੇ ਨੂੰ ਹਰੀ ਦੇ ਗੁਣ ਦੀ ਸਿਖਾਈ ਦਿੰਦੇ ਹਨ। ਉਹ ਚਾਹੁੰਦੇ ਹਨ ਕਿ ਬੱਚੇ ਦਾ ਹੋਰ ਪਾਸੇ ਧਿਆਨ ਨਾ ਜਾਵੇ ਅਤੇ ਉਸ ਨੂੰ ਸਿਮਰਨ ਸ਼ੁਰੂ ਕਰਾ ਦਿੰਦੇ ਹਨ। ਗੁਰੂ ਸਾਹਿਬ ਜੀ ਹੁਕਮ ਕਰਦੇ ਹਨ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰਿਓ, ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ ਰਹਾਓ। ਸਤਿਗੁਰੂ ਤੁਮ ਕਹੋ ਹੋਏ ਦਿਆਲਾ, ਸਤਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਕਿ ਤੂੰ ਹਰ ਸਮੇਂ ਉਸ ਮਾਲਕ ਨਾਲ ਜੁੜਿਆ ਰਹਿ, ਸਿਮਰਨ ਕਰਦਾ ਰਹਿ, ਇਸ ਤਰ੍ਹਾਂ ਫਿਰ ਤੂੰ ਦੁੱਖ ਤਕਲੀਫ ਤੋਂ ਉੱਪਰ ਉੱਠ ਜਾਵੇਂਗਾ। ਸੰਤਾਂ ਸਾਧੂਆਂ ਨਾਲ ਤੇਰੀ ਪ੍ਰੀਤ ਹੋ ਜਾਵੇ, ਭਾਵ ਕਿ ਤੈਨੂੰ ਚੰਗੀ ਸਿੱਖਿਆ ਮਿਲ ਜਾਵੇ। ਮਹਾਰਾਜ ਦੱਸਦੇ ਹਨ, ਸੱਚ ਦਾ ਪਰ ਜਾਣੀਏ ਜਾਂ ਸਿੱਖ ਸੱਚੀ ਲਈ।